ਸਸ਼ਿਕਾ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰਿਆਂ ਦਾ ਟਰੈਕਟਰ ਮਾਰੀ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਵਟਸਐਪ ਨੰਬਰ ਨੋਟ ਕਰ ਲਓ ਜੀ 76963 29488 ਜੇ ਕਿਸੇ ਮੇਰੇ ਵੀਰ ਨੇ ਐਡ ਕਰਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਮਸ਼ੀਨਰੀ ਦੀ ਤਾਂ ਇਸੇ ਨੰਬਰ ਤੇ 4-5 ਫੋਟੋਆਂ ਖਿੱਚ ਕੇ ਤੁਹਾਡੀ ਮਸ਼ੀਨਰੀ ਦੀਆਂ ਬਾਕੀ ਉਹਦੀ ਸਾਰੀ ਜਾਣਕਾਰੀ ਲੇ ਕੇ ਸੈਂਡ ਕਰ ਦਿਓ ਜੀ ਬਿਲਕੁਲ ਫਰੀ ਦੇ ਵਿੱਚ ਐਡ ਕਰ ਦਾਂਗੇ ਕੋਈ ਕਮਿਸ਼ਨ ਨਹੀਂ ਲੈਂਦੇ ਕੋਈ ਹਰਚਾ ਨਹੀਂ ਲੈਂਦੇ ਤੇ ਇੱਕ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਤੁਸੀਂ ਐਡ ਭੇਜਦੇ ਹੋ ਤੇ ਜਿਹੜਾ ਰੇਟ ਹੁੰਦਾ ਉਹ ਮਾਰਕੀਟ ਦੇ ਹਿਸਾਬ ਨਾਲ ਭੇਜਿਆ ਕਰੋ ਜੀ ਬਹੁਤ ਸਾਰੇ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਜੀ ਤੇ ਮੈਸੇਜ ਕਰਕੇ ਕਹਿੰਦੇ ਵੀ ਰੇਟ ਜ਼ਿਆਦਾ ਹੁੰਦੇ ਆ ਐਦਾਂ ਨਾ ਕਰਿਆ ਕਰੋ ਰੇਟ ਉਹ ਸਹੀ ਭੇਜਿਆ ਕਰੋ ਜੀ ਤੇ ਹੁਣ ਕਰਦੇ ਜੀ ਵੀਡੀਓ ਦੀ ਗੱਲ ਬਹੁਤ ਸਾਰੀਆਂ ਗੱਡੀਆਂ ਨੇ ਤੇ ਇੱਕ ਟ੍ਰਾਈਟ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਜੀ अल्टੋ ਗੱਡੀ ਦੀ अल्टੋ ਗੱਡੀ ਆ ਐਲਐਕਸ ਜੀ ਮਾਡਲ ਦੀ ਗੱਲ ਕਰੀਏ 2005 ਮਾਡਲ ਗੱਡੀ ਹੈ ਜੀ ਬਾਕੀ ਚਾਰੇ ਪਾਸੋਂ ਫੋਟੋ ਆ ਰਹੀਆਂ ਐ ਕੰਡੀਸ਼ਨ ਦੀ ਗੱਲ ਕਰੀਏ ਬਿਲਕੁਲ ਸਾਫ਼ ਗੱਡੀ ਐ ਨਾਲ ਦਾ ਰੰਗ ਹੈ ਜੀ ਬਾਅਦ ਚ ਰੰਗ ਪੈਂਟ ਗੱਡੀ ਨਹੀਂ ਹੋਈ ਨਾ ਕੋਈ ਐਕਸੀਡੈਂਟ ਹੋਈ ਐ ਤੇ ਨਾ ਕੋਈ ਸਕ੍ਰੈਚ ਹੈ ਜੀ ਤੇ ਬਿਲਕੁਲ ਸਾਫ਼ ਗੱਡੀ ਐ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਐ ਐਸੀ ਹੀਟਰ ਚੱਲਦਾ ਜੀ ਤੇ ਬਿਲਕੁਲ ਵਧੀਆ ਸਾਫ਼ ਸੁਥਰੇ 90 ਪੈਸੇ ਟਾਇਰਾਂ ਦੀ ਕੰਡੀਸ਼ਨ ਐ ਤੇ ਵਧੀਆ ਸਾਫ਼ ਟਾਇਰ ਨੇ ਬਾਕੀ ਕਿਸੇ ਵੀ ਨੇ ਗੱਡੀ ਦੇਖਣੀ ਹੋਵੇ ਤੇ ਮਾਲਕ ਵੀਰਾਂ ਦਾ ਜਿਹੜਾ ਏਰੀਆ ਬਠਿੰਡਾ ਜੀ ਤੇ مالک ਵੀ ਨੇ ਡਿਮਾਂਡ ਰੱਖਿਆ ਗੱਡੀ ਦੀ 80000 ਬਾਕੀ ਜਿੰਨਾ ਹੋ ਸਕੇ ਮੌਕੇ ਤੇ ਵੀ ਲੈਸ ਕਰ ਦੇਣਗੇ ਜੀ ਤੇ مالک ਵੀ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ 99886 34156 ਤੇ ਬਿਲਕੁਲ ਸਾਫ਼ ਗੱਡੀ ਹੈ ਜਿੰਨੇ ਕਾਗਜ਼ ਪੱਤਰ ਹੁੰਦੇ ਸਾਰੇ ਕੰਪਲੀਟ ਹੈ ਜੀ ਪੂਰੇ ਹੈ ਜੀ ਸਾਰੇ ਕਾਗਜ਼ ਪੱਤਰ ਤੇ ਬਾਕੀ ਕਿਸੇ ਵੀ ਨੇ ਗੱਡੀ ਲੈਣੀ ਹੋਵੇ ਕੋਈ ਵੀ ਚਾਹਵਾਨ ਹੈ ਗੱਡੀ ਖਰੀਦਣ ਦਾ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਕਾਗਜ਼ ਪੱਤਰ ਚੈੱਕ ਕਰਕੇ ਗੱਡੀ ਨੂੰ ਚਲਾ ਕੇ ਖਰੀਦ ਸਕਦੇ ਹੋ ਤੇ ਖਰੀਦਣ ਵੇਲੇ ਪੂਰੀ ਤਸੱਲੀ ਕਰ ਲਿਆ ਕਰੋ ਜੀ ਤਾਂ ਕਿ ਬਾਅਦ ਚ ਕੋਈ ਦਿੱਕਤ ਨਾ ਆਵੇ ਜੀ ਤੇ ਅੱਗੇ ਦੂਜੀ ਗੱਡੀ ਜੀ ਆਪਣੇ ਕੋਲੇ ਜਨਨ ਜਨਨ ਗੱਡੀ ਆ ਤੁਸੀਂ ਦੇਖ ਰਹੇ ਹੋ ਤੇ ਮਾਡਲ ਹੈ ਜੀ ਇਹਦਾ 2004 ਗੱਡੀ ਆ ਵੀ ਬਿਲਕੁਲ ਸਾਫ਼ ਪਈ ਆ ਜੀ ਰੰਗ ਜਿਹੜਾ ਬਿਲਕੁਲ ਸਾਫ਼ ਹੈ ਕਿਸੇ ਪਾਸੋਂ ਰੰਗ ਪੈਂਟ ਗੱਡੀ ਨਹੀਂ ਹੋਈ ਜੀ ਨਾਲ ਦਾ ਰੰਗ ਜਿਹੜਾ ਕੰਪਨੀ ਚੋਂ ਆਉਂਦਾ ਹੁੰਦਾ ਔਰਿਜਨਲ ਜੀ ਤੇ ਜਿੰਨੇ ਸੀਟ ਕਵਰ ਹੁੰਦੇ ਆ ਵੀਰ ਨੇ ਚੜਵਾਏ ਹੋਏ ਆ ਜੀ ਮੈਟਿੰਗ ਵੀਰ ਨੇ ਕਰਵਾਈ ਹੋਈ ਹੈ ਤੇ ਇੰਜਨ ਦਾ ਸਾਰਾ ਕੰਮ ਵੀਰ ਨੇ ਕਰਵਾਇਆ ਹੋਇਆ ਹੈ ਸਰਵਿਸ ਵਗੈਰਾ ਸਾਰੀ ਹੋਈ ਹੈ ਜੀ ਬਿਲਕੁਲ ਨਵੇਂ ਟਾਇਰ ਨੇ ਜਿੰਨੇ ਟਾਇਰ ਹੈ ਚਾਰੋ ਟਾਇਰ ਨਵੇਂ ਹੈ ਜੀ ਬਿਲਕੁਲ ਸਾਫ ਸੁਥਰੇ ਕੰਪਨੀ ਦੇ ਤੇ ਬਿਲਕੁਲ ਸਾਫ ਗੱਡੀ ਹੈ ਜੀ ਬਾਕੀ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਗੱਡੀ ਚ ਕੋਈ ਕਮੀ ਨਹੀਂ ਨਵੀਂ ਬੈਟਰੀ ਹੈ ਬਿਲਕੁਲ ਤੇ ਵਧੀਆ ਗੱਡੀ ਹੈ ਪੂਰੀ ਤੇ ਚਲਾਉਣ ਚ ਪੂਰੀ ਵਧੀਆਗੀ ਤੇ ਮਾਡਲ ਹੈ ਜੀ 2004 ਤੇ ਮਾਲਕ ਵੀਰਾਂ ਦਾ ਏਰੀਆ ਜੀ ਮੋਗਾ ਮੋਗੇ ਗੱਡੀ ਖੜੀ ਆਹਾ ਤੇ ਡਿਮਾਂਡ ਰੱਖੀ ਹੈ ਵੀਰ ਨੇ 70000 ਜੀ ਬਾਕੀ ਜਿੰਨਾ ਹੋ ਸਕੇ ਮੌਕੇ ਤੇ ਵੀਰ ਲੈਸ ਕਰ ਲੈਣਗੇ ਜੀ ਤੇ ਮਾਲਕ ਵੀਰਾਂ ਦਾ ਨੰਬਰ ਹੈ ਜੀ 98142 6420048 ਜੀ ਬਿਲਕੁਲ ਸਾਫ ਗੱਡੀ ਹੈ ਜੀ ਕੋਈ ਕਮੀ ਨਹੀਂ ਗੱਡੀ ਚ ਬਾਕੀ ਅੰਦਰੋਂ ਬਿਲਕੁਲ ਸਾਫ ਪਈ ਹੈ ਬਾਕੀ ਅੰਦਰ ਬਾਹਰੋਂ ਚਾਰੇ ਪਾਸਿਓਂ ਫੋਟੋਆਂ ਆ ਰਹੀਆਂ ਜੀ ਤੇ ਜਿੰਨੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਜੀ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਤੇ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਦੇਖਣਾ ਪਸੰਦ ਕਰਦੇ ਹੋ ਤਾਂ ਆਪਣੇ ਚੈਨਲ ਤੇ ਇਸੇ ਤਰ੍ਹਾਂ ਦੀ ਵੀਡੀਓ ਆਉਂਦੀ ਰਹਿੰਦੀ ਹੈ ਜੀ ਤੇ ਚੈਨਲ ਨਾਲ ਜੁੜਜੋ ਜੀ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜੀ ਸਬਸਕ੍ਰਾਈਬ ਵਾਲਾ ਤੇ ਸਾਰੇ ਵੀਰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਤੇ ਨਾਲੇ ਘੰਟੀ ਦਾ ਬਟਨ ਹੋਊਗਾ ਜੀ ਉਹਨੂੰ ਦਬਾ ਦਿਓ ਇਹਨਾਂ ਦਾ ਇਹ ਫਾਇਦਾ ਹੁੰਦਾ ਜਦੋਂ ਨਵੀਂ ਵੀਡੀਓ ਪਾਵਾਂਗੇ ਆਪਾਂ ਚੈਨਲ ਤੇ ਤੇ ਵੀਡੀਓ ਦਾ ਮੈਸੇਜ ਤੁਰਤ ਫਿਰ ਤੁਹਾਡੇ ਕੋਲੇ ਚਲਾ ਜਾਊਗਾ ਤੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇਖ ਸਕੋਗੇ ਜੀ ਤੇ ਇਹਨਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਦਿਆ ਕਰੋ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਐਨੇ ਨਾਲ ਹੋਰ ਵੀ ਵੀਰਾਂ ਦਾ ਫੇਰ ਇਹ ਹੋ ਜਾਂਦਾ ਜੀ ਅੱਗੇ ਤੁਸੀਂ ਦੇਖ ਰਹੇ ਹੋ ਜੀ ਆਲਟੋ ਗੱਡੀ ਐਲ ਐਕਸ ਆਈ ਜੀ ਤੇ ਮਾਡਲ ਜੀ ਇਹਦਾ ਗੱਡੀ ਦਾ 2010 65000 ਕਿਲੋਮੀਟਰ ਚੱਲੀ ਹੈ ਜੀ ਗੱਡੀ ਕੁੱਲ 65000 ਕਿਲੋਮੀਟਰ ਚੱਲੀ ਹੈ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਬਿਲਕੁਲ ਸਾਫ਼ ਗੱਡੀ ਆ ਹਾਂ ਤੇ ਕੋਈ ਕਮੀ ਨਹੀਂ ਗੱਡੀ 'ਚ ਅੰਦਰੋਂ ਗੱਲ ਕਰੀਏ ਬਿਲਕੁਲ ਸਾਫ਼ ਪਈ ਹੈ ਜੀ ਮੈਟਿੰਗ ਵੀਰ ਨੇ ਕਰਵਾਈ ਹੋਈ ਹੈ ਜਿੰਨੇ ਸੀਸੇ ਨੇ origignal ਨੇ ਜੀ ਕੋਈ ਟੜਕਾ ਨਹੀਂ ਕੋਈ ਟੁੱਟਿਆ ਨਹੀਂ ਨਾ ਕੋਈ ਚੇਂਜ ਕੀਤਾ ਗਿਆ ਜੀ ਤੇ ਰੰਗ ਦੀ ਗੱਲ ਕਰੀਏ ਬਿਲਕੁਲ ਸਾਫ਼ ਰੰਗ ਹੈ ਕਿਸੇ ਪਾਸੋਂ ਸਕ੍ਰੈਚ ਨਹੀਂ ਵੈਂਪਰ ਟੂ ਵੈਂਪਰ オリジナル ਗੱਡੀ ਹੈ ਜੀ ਆ ਤੇ ਟਾਇਰਾਂ ਦੀ ਗੱਲ ਕਰੀਏ 85 ਪੈਸੇ ਟਾਇਰ ਨੇ ਬਿਲਕੁਲ ਸਾਫ਼ ਸੁਥਰੇ ਵਧੀਆ ਕੰਪਨੀ ਦੇ ਟਾਇਰ ਹੈ ਜੀ ਤੇ ਗੱਡੀ 'ਚ ਕਮੀ ਕੋਈ ਨਹੀਂ ਜਿੰਨਾ ਕੰਮ ਹੁੰਦਾ ਜਿੰਨੀ ਸਰਵਿਸ ਹੁੰਦੀ ਹੈ ਵੀਰ ਨੇ ਕਰਵਾਈ ਹੋਈ ਹੈ 2010 ਮਾਡਲ ਗੱਡੀ ਹੈ ਜੀ ਐਲਐਕਐਸਆਈ ਜੀ ਤੇ ਮਾਲਕ ਵੀਰਾਂ ਦਾ ਏਰੀਆ ਜੀ ਮਲੇਰ ਕੋਟਲਾ ਗੱਡੀ ਮਲੇਰ ਕੋਟਲੇ ਖੜੀ ਹੈ ਉੱਥੇ ਜਾ ਕੇ ਦੇਖ ਸਕਦੇ ਹੋ ਕਿਸੇ ਵੀ ਨੇ ਖਰੀਦਣੀ ਹੋ ਬੱਗੀ ਚਾਹਵਾ ਨੇ ਕੋਈ ਖਰੀਦਣ ਦਾ ਤਾਂ ਮਾਲਕ ਵੀਰਾਂ ਨੂੰ ਫੋਨ ਕਰਕੇ ਜਾ ਕੇ ਦੇਖ ਕੇ ਚਲਾ ਕੇ ਤੇ ਆਦੀ ਪੂਰੀ ਤਸੱਲੀ ਕਰਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ 9478000470 ਤੇ ਆਹੀ ਇਹਨਾਂ ਦਾ ਵਟਸਐਪ ਨੰਬਰ ਹੈ ਜੀ ਤੇ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਅੱਗੇ ਤੁਸੀਂ ਦੇਖ ਰਹੇ ਹੋ ਜੀ अल्टੋ ਗੱਡੀ ਜੀ ਐਲਐਕਐਸਆਈ ਗੱਡੀ ਹੈ ਜੀ ਆ 2006 ਮਾਡਲ ਗੱਡੀ ਹੈ ਤੇ ਕੰਡੀਸ਼ਨ ਇਸ ਗੱਡੀ ਦੀ ਬਿਲਕੁਲ ਸਾਫ਼ ਪਈ ਹੈ ਤੇ ਬਿਲਕੁਲ ਨਾਲ ਦਾ ਰੰਗ ਹੈ ਕੋਈ ਰੰਗ ਪੇਂਟ ਨਹੀਂ ਹੋਈ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਸਕਰੈਚ ਹੈ ਨਾ ਕੋਈ ਡੈਂਟ ਹੈ ਜੀ ਬਿਲਕੁਲ ਸਾਫ਼ ਗੱਡੀ ਪਈ ਆ ਵੀ ਸਾਰੇ ਸ਼ੀਸ਼ੇ ਐਸੀ ਗੱਡੀ ਦੇ ਵੀ origignal ਹੈ ਜੀ ਜਿੰਨਾ ਕੰਮ ਹੁੰਦਾ ਵੀਰ ਨੇ ਕਰਵਾਇਆ ਹੋਇਆ ਹੈ ਜੀ ਕਾਗਜ਼ ਪੱਤਰ ਸਾਰੇ ਕੰਪਲੀਟ ਹੈ ਸਾਰੇ ਕਾਗਜ਼ ਪੱਤਰ ਪੂਰੇ ਹੈ ਜੀ ਤੇ ਵਧੀਆ ਗੱਡੀ ਹੈ ਸੀਟ ਕਵਰ ਵੀਰ ਨੇ ਚੜਵਾਏ ਹੋਏ ਐ ਐਸੀ ਹੀਟਰ ਮਿਊਜ਼ਿਕ ਸਿਸਟਮ ਪੂਰਾ ਵਧੀਆ ਹੈ ਜੀ ਮੈਟਿੰਗ ਵੀਰ ਨੇ ਕਰਵਾਈ ਹੋਈ ਹੈ ਤੇ ਵਧੀਆ ਨਵੇਂ ਟਾਇਰ ਨੇ ਬਿਲਕੁਲ ਸਾਫ਼ ਕੰਪਨੀ ਦੇ ਜੀ ਤੇ ਲਾਇਪ ਪਾਏ ਹੋਏ ਐ ਤੇ ਪੂਰੀ ਸੋਹਣੀ ਗੱਡੀ ਹੈ ਜੀ ਆਹ ਚੋੜੇ ਟਾਇਰ ਪਾਏ ਹੋਏ ਨੇ ਤੇ ਬਿਲਕੁਲ ਸਾਫ਼ ਗੱਡੀ ਹੈ ਬਾਕੀ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਤੇ ਮਾਲਕ ਵੀਰ ਦਾ ਏਰੀਆ ਜੀ ਮੁਕਤ ਸਾਰੇ ਜਿੱਥੇ ਗੱਡੀ ਖੜੀ ਹੈ ਮੁਕਤ ਸਾਰੇ ਇਹਨਾਂ ਦਾ ਏਰੀਆ ਹੈ ਤੇ ਉੱਥੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ 1 ਲੱਖ ਤੇ 5000 ਵੀਰ ਨੇ ਡਿਮਾਂਡ ਰੱਖੀ ਹੈ ਬਾਕੀ ਜਿੰਨਾ ਹੋ ਸਕਦਾ ਮੌਕੇ ਤੇ ਲੈਸ ਵੀਰ ਕਰ ਦੇਣਗੇ ਜੀ ਮਾਲਕ ਵੀਰਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ 63 ਤੇ ਪੂਰਾ 500 18295 ਜੀ ਮਾਲਕ ਜੀ ਦਾ ਨੰਬਰ ਹੈ ਬਾਕੀ ਸਕਰੀਨ ਦੇ ਉੱਤੇ ਲਿਖਿਆ ਆ ਰਿਹਾ ਜੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾ ਸਕਦੇ ਹੋ ਗੱਡੀ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਜੀ ਗੱਡੀ 'ਚ ਕਮੀ ਕੋਈ ਨਹੀਂ ਤੇ ਇੱਕ ਗੱਲ ਦੱਸ ਦਿਨਾ ਜੀ ਤੇ ਜਿੰਨੇ ਵੀ ਆਪਣੇ ਚੈਨਲ ਤੇ ਰੇਟ ਹੁੰਦੇ ਆ ਕੋਈ ਰੇਟ ਫਿਕਸ ਨਹੀਂ ਹੁੰਦਾ ਜੀ ਮੌਕੇ ਤੇ ਲੈਸ ਹੋ ਜਾਂਦਾ ਹੁੰਦਾ ਇੱਕ ਵੀਰਾਂ ਦੀ ਡਿਮਾਂਡ ਹੁੰਦੀ ਆ ਬਸ ਜਿਹੜੀ ਮੌਕੇ ਤੇ ਲੈਸ ਹੋ ਜੀ ਤੇ ਇੱਕ ਵਾਰੀ ਲਾਸਟ ਰੇਟ ਜ਼ਰੂਰ ਪੁੱਛ ਲਿਆ ਕਰੋ ਵੀਰਾਂ ਨੂੰ ਫੋਨ ਕਰਕੇ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਆਲਟੋ K10 ਗੱਡੀ ਹੈ ਜੀ ਆਲਟੋ K10 ਗੱਡੀ ਹੈ ਤੇ ਗੱਡੀ ਪੈਟਰੋਲ ਤੇ ਜੀ ਮਾਡਲ ਦੀ ਗੱਲ ਕਰੀਏ 2016 ਮਾਡਲ ਗੱਡੀ ਹੈ ਜੀ ਹਾਂ ਤੇ ਚੱਲੀ ਹੈ ਜੀ ਬਹੁਤ ਹੀ ਘੱਟ 31000 ਕਿਲੋਮੀਟਰ ਗੱਡੀ ਕੁੱਲ ਚੱਲੀ ਹੈ ਜੀ ਬਿਲਕੁਲ ਸਾਫ਼ ਗੱਡੀ ਹੈ ਅਨਟੱਚ ਗੱਡੀ ਹੈ ਜੀ ਹਾਂ ਇੱਕਾਥੀ ਚੱਲੀ ਹੈ ਤੇ ਰੰਗ ਪੈਂਟ ਬਿਲਕੁਲ ਨਾਲ ਦਾ ਜੀ ਕਿਸੇ ਪਾਸੇ ਲੱਗੀ ਨਹੀਂ ਕੋਈ ਐਕਸੀਡੈਂਟ ਨਹੀਂ ਕਿ ਕਿਸੇ ਕਰਕੇ ਵੀਰ ਵੇਚ ਰਹੇ ਨਹੀਂ ਤੇ ਕਿਸੇ ਵੀ ਨੇ ਲੈਣੀ ਹੋਵੇ ਖਰੀਦਣੀ ਹੋਵੇ ਗੱਡੀ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ ਮਾਲਕ ਵੀਰਾਂ ਦਾ ਏਰੀਆ ਜੀ ਹਰਿਆਣੇ ਚ ਪੈ ਜਾਂਦਾ ਹਰਿਆਣਾ ਨੰਬਰ ਗੱਡੀ ਹੈ ਚ ਆ ਤੇ ਬਾਕੀ ਸਹੀ ਏਰੀਆ ਨਾਲ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਜੀ ਮਾਲਕ ਵੀਰ ਨੇ ਡਿਮਾਂਡ ਰੱਖਿਆ 270000 ਬਾਕੀ ਜਿੰਨਾ ਹੋ ਸਕਦਾ ਮੌਕੇ ਤੇ ਵੀਰ ਲੈਸ ਕਰ ਦੇਣਗੇ ਜੀ ਮਾਲਕ ਵੀਰਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਸਰਵਿਸ ਵੀ ਇਹਨੇ ਕਰਵਾਈ ਹੋਈ ਹੈ ਤੇ ਸਾਰਾ ਕੁਝ ਓਕੇ ਹੈ ਗੱਡੀ ਬਿਲਕੁਲ ਸਾਫ਼ ਹੈ ਤੇ ਨਵੀਂ ਗੱਡੀ ਹੈ ਜੀ ਕਿਸੇ ਵੀ ਨੇ ਦੇਖਣੀ ਹੋਵੇ ਜਾ ਕੇ ਦੇਖ ਕੇ ਚਲਾ ਕੇ ਖਰੀਦ ਸਕਦੇ ਹੋ ਜੀ 80 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਜੀ ਤੇ ਬਿਲਕੁਲ ਸਾਫ਼ ਸੁਥਰੇ ਵਧੀਆ ਬੇਦਗ ਟਾਇਰ ਨੇ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੇ ਫੋਟੋਆਂ ਆ ਰਹੀਆਂ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਜੌਂਡੀਅਰ ਟਰੈਕਟ ਜੀ ਪੰਜਾਬ 50 ਡੀ ਟਰੈਕਟ ਆ ਜੌਂਡੀਅਰ 50 50 ਡੀ 2012 ਮਾਡਲ ਟਰੈਕਟ ਆ ਜੀ ਤੇ ਕੰਡੀਸ਼ਨ ਦੀ ਗੱਲ ਕਰੀਏ ਬਿਲਕੁਲ ਨਵੇਂ ਪਿਆ ਸ਼ੋਰੂਮ ਕੰਡੀਸ਼ਨ ਟਰੈਕਟ ਆ ਜੀ ਆ ਜਿੰਨੀ ਸਰਵਿਸ ਹੁੰਦੀ ਆ ਵੀਰ ਨੇ ਕਰਵਾਈ ਹੋਈ ਹੈ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਤੇ ਰੰਗ ਜਿਹੜਾ ਬਿਲਕੁਲ ਸਾਫ਼ ਹੈ ਜੀ ਕਿਸੇ ਪਾਸੇ ਕੋਈ ਰੰਗ ਲਹਿਿਆ ਨਹੀਂ ਹੋਇਆ ਨਾ ਰੰਗ ਬਾਅਦ ਚ ਹੋਇਆ ਤੇ ਬਹੁਤ ਹੀ ਸੰਭਾਲ ਕੇ ਤੇ ਬਹੁਤ ਹੀ ਸ਼ੌਂਕ ਨਾਲ ਵੀਰ ਨੇ ਟਰੈਕਟ ਰੱਖਿਆ ਜੀ ਮਾਡਲ 2012 ਤੇ ਮੋਗਾ ਇਹਨਾਂ ਦੇ ਏਰੀਆ 'ਚ ਹੈ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਬਿਲਕੁਲ ਨਵੇਂ ਹੈ ਜੀ ਗੋਡਿਆਰ ਦੇ ਟਾਇਰ ਨੇ ਚਾਰੋਂ ਤੇ ਬਾਕੀ ਤੁਸੀਂ ਦੇਖ ਰਹੇ ਹੋ ਮੂਲੇ ਟਾਇਰਾਂ ਤੇ ਮਗਰਾਟ ਵੀਰ ਨੇ ਲਵਾਏ ਹੋਏ ਹੈ ਜੀ ਤੇ ਬਿਲਕੁਲ ਸਭ ਤੋਂ ਵਧੀਆ ਇੰਜਣ ਹੈ ਜੀ ਕੋਈ ਲੀਕੇਜ ਨਹੀਂ ਇੰਜਣ ਕੋਲੋਂ ਤੇ ਕੋਈ ਦਿੱਕਤ ਨਹੀਂ ਤੇ ਬਿਲਕੁਲ ਸਭ ਤੋਂ ਨਵਾਂ ਟਰੈਕਟਰ ਹੈ ਜਹਾ ਤੇ ਮਾਲਕ ਵੀਰਾਂ ਦਾ ਏਰੀਆ ਮੋਗਾ ਹੈ ਉੱਥੇ ਜਾ ਕੇ ਟਰੈਕਟਰ ਨੂੰ ਤੁਸੀਂ ਦੇਖ ਕੇ ਚਲਾ ਕੇ ਵਾ ਕੇ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਜੀ ਮਾਲਕ ਵੀ ਨੇ ਡਿਮਾਂਡ ਰੱਖੀ ਹੈ ਟਰੈਕਟਰ ਦੀ 430000 ਬਾਕੀ ਜਿੰਨਾ ਹੋ ਸਕਦਾ ਮੌਕੇ ਤੇ ਵੀ ਲੈਸ ਕਰ ਦੇਣਗੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ 98559 40971 ਤੇ ਇਹਨਾਂ ਨੂੰ ਫੋਨ ਕਰਕੇ ਜਾ ਕੇ ਟਰੈਕਟਰ ਨੂੰ ਦੇਖ ਕੇ ਖਰੀਦ ਸਕਦੇ ਹੋ ਜੀ ਤੇ 50 50 ਡੀ ਟਰੈਕਟਰ ਜਿਹਾਂ ਜਿੰਨੇ ਐਸੈਸਰੀ ਹੁੰਦੀ ਹੈ ਜਿੰਨਾ ਸਮਾਨ ਹੁੰਦਾ ਹੈ ਨਾਲ ਹੈ ਕਾਗਜ਼ ਪੱਤਰ ਕੰਪਲੀਟ ਹੈ 2012 ਵਾਲਾ ਟਰੈਕਟਰ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਬਿਲਕੁਲ ਨਵਾਂ ਹੀ ਟਰੈਕਟਰ ਹੈ ਜੀ ਇਹ ਤੇ ਅੱਜ ਦੀਆਂ ਮਸ਼ੀਨਰੀਆਂ ਟਰੈਕਟਰ ਤੇ ਗੱਡੀਆਂ ਕਿਵੇਂ ਦੇ ਲੱਗੀਆਂ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਬਹੁਤ ਘੱਟ ਕਰਦੇ ਹੋ ਤੇ ਲਾਈਕ ਬਹੁਤ ਘੱਟ ਕਰਦੇ ਹੋ ਜੀ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਆ ਤੇ ਅੱਜ ਲਈ ਇਹਨੇ ਜੀ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਜੀ ਤੇ ਮਿਲਦੇ ਆ ਜੀ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਕਿਸੇ ਵੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ